ਸ਼ਿਕਾ ਦੋਸਤੋ, ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਘਰ ਦਾ ਵੈਤੇ, ਅਤੇ ਮੈਂ ਹਾਂ ਤੁਹਾਡੀ ਦੋਸਤ ਸੁਖਜੀਤ ਕੌਰ। ਦੋਸਤੋ, ਅੱਜ ਦੀ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਦੱਸਣ ਵਾਲੀ ਹਾਂ ਸਿਰ ਤੋਂ ਲੈ ਕੇ ਪੈਰ ਤੱਕ ਦੀ ਬਲੌਕ ਨਸਾਂ ਨੂੰ 10 ਦਿਨਾਂ ਵਿੱਚ ਖੋਲ੍ਹਣ ਦਾ ਇੱਕ ਬਿਹਤਰ ਉਪਾਅ। ਦੋਸਤੋ, ਤੁਸੀਂ ਦੇਖਿਆ ਹੋਵੇਗਾ ਕਿ ਬਹੁਤ ਸਾਰੇ ਲੋਕਾਂ ਦੀ ਨਸਾਂ ਬਲੌਕ ਹੋ ਜਾਂਦੀਆਂ ਹਨ, ਕਦੀ ਇਸ ਪੈਰ ਦੀ, ਕਦੀ ਉਸ ਪੈਰ ਦੀ, ਕਦੀ ਹੱਥ ਦੀ ਵੀ ਨਸ ਬਲੌਕ ਹੋ ਜਾਂਦੀ ਹੈ। ਨਸ ਬਲੌਕ ਹੁੰਦੀ ਹੈ ਜਿਵੇਂ ਕਿ ਪੈਰ ਤੋਂ ਲੈ ਕੇ ਇੱਕ ਸਾਈਡ ਦੀ ਨਸ ਬਲੌਕ ਹੋ ਜਾਂਦੀ ਹੈ, ਤਾਂ ਉਸ ਵਿੱਚ ਚੱਲਣਾ, ਫਿਰਨਾ, ਬੈਠਣਾ, ਉੱਠਣਾ ਸਭ ਕੁਝ ਬਹੁਤ ਹੀ ਮੁਸ਼ਕਿਲ ਹੋ ਜਾਂਦਾ ਹੈ। ਅਤੇ ਇਹ ਇੱਕ ਅਜਿਹਾ ਦਰਦ ਹੈ ਜੋ ਬਹੁਤ ਹੀ ਅਸਹਿ ਦਰਦ ਹੈ, ਸਹਿਣ ਨਹੀਂ ਕੀਤਾ ਜਾ ਸਕਦਾ। ਬਹੁਤ ਮੁਸ਼ਕਿਲ ਨਾਲ ਪੇਨ ਕਿਲਰ ਵਗੈਰਾ ਲੈ ਕੇ ਇਸ ਦਰਦ ਤੋਂ ਥੋੜ੍ਹੀ ਰਾਹਤ ਮਿਲਦੀ ਹੈ। ਲੇਕਿਨ ਦੋਸਤੋ, ਪੇਨ ਕਿਲਰ ਇਸ ਦਾ ਇਲਾਜ ਨਹੀਂ ਹੈ, ਕਿਉਂਕਿ ਪੇਨ ਕਿਲਰ ਬਹੁਤ ਸਾਈਡ ਇਫੈਕਟ ਕਰਦਾ ਹੈ, ਜਿਸ ਨਾਲ ਕਿਡਨੀ 'ਤੇ ਵੀ ਫਰਕ ਪੈਂਦਾ ਹੈ। ਤਾਂ ਦੋਸਤੋ, ਅੱਜ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ ਇੱਕ ਅਜਿਹਾ ਬਿਹਤਰੀਨ ਨੁਸਖਾ, ਜਿਸ ਦੇ ਇਸਤੇਮਾਲ ਨਾਲ ਤੁਸੀਂ ਸਿਰ ਤੋਂ ਲੈ ਕੇ ਪੈਰ ਤੱਕ ਦੀਆਂ ਸਾਰੀਆਂ ਨਸਾਂ ਨੂੰ ਖੋਲ੍ਹ ਸਕਦੇ ਹੋ। ਜੇਕਰ ਬਲੌਕ ਨਹੀਂ ਵੀ ਹੈ ਤਾਂ ਵੀ ਤੁਹਾਨੂੰ ਇਸ ਦਾ ਫਾਇਦਾ ਹੋਵੇਗਾ। ਤਾਂ ਦੋਸਤੋ, ਤੁਸੀਂ ਦੇਖਿਆ ਹੋਵੇਗਾ ਕਿ 35 ਦੀ ਉਮਰ ਤੋਂ ਬਾਅਦ ਇਹ ਜੋ ਨਸ ਬਲੌਕ ਦੀ ਪ੍ਰੋਬਲਮ ਹੁੰਦੀ ਹੈ, ਕਿਉਂਕਿ ਇਸ ਸਮੇਂ ਵਿੱਚ ਜਿਹੜੇ ਸਾਡੇ ਖੂਨ ਦੇ ਅੰਦਰ ਦਾ ਖੂਨ ਦਾ ਪ੍ਰਭਾਵ ਜਿਹੜਾ ਵਾ ਉਹ ਥੋੜ੍ਹਾ ਘੱਟ ਹੋਣ ਲੱਗ ਜਾਂਦਾ ਹੈ। ਕੋਲੇਸਟ੍ਰੋਲ ਦੀ ਮਾਤਰਾ ਜ਼ਿਆਦਾ ਹੋਣ ਦੇ ਕਾਰਨ ਇਹ ਸਾਰੀਆਂ ਪ੍ਰੋਬਲਮਸ ਹੁੰਦੀਆਂ ਹਨ। ਦੋਸਤੋ, ਅੱਜ ਕੱਲ੍ਹ ਦੀ ਭੱਜ ਦੌੜ ਭਰੀ ਜ਼ਿੰਦਗੀ ਵਿੱਚ ਪ੍ਰਾਪਤ ਭੋਜਨ ਤੋਂ ਪੌਸ਼ਟਿਕ ਤੱਤ ਨਹੀਂ ਮਿਲ ਪਾਉਂਦੇ ਅਤੇ ਸਰੀਰ ਵਿੱਚ ਕਿਸੇ ਨਾ ਕਿਸੇ ਤੱਤ ਦੀ ਕਮੀ ਹਮੇਸ਼ਾ ਹੀ ਬਣੀ ਰਹਿੰਦੀ ਹੈ। ਇਸੇ ਹੀ ਅਸੰਤੁਲਿਤ ਜੀਵਨ ਸ਼ੈਲੀ ਦੇ ਕਾਰਨ ਖੂਨ ਵਿੱਚ ਹਾਨੀਕਾਰਕ ਪਦਾਰਥਾਂ ਦੀ ਮਾਤਰਾ ਵੱਧ ਜਾਂਦੀ ਹੈ ਅਤੇ ਨਸਾਂ ਵਿੱਚ ਖੂਨ ਦੇ ਵਹਾਓ ਵਿੱਚ ਰੁਕਾਵਟ ਆਉਣ ਲੱਗ ਜਾਂਦੀ ਹੈ। ਇਸ ਦੇ ਚੱਲਦੇ ਵਿਅਕਤੀ ਦੇ ਦਿਲ ਵਿੱਚ ਵੀ ਖੂਨ ਦੇ ਪ੍ਰਭਾਵ ਵਿੱਚ ਰੁਕਾਵਟ ਆਉਂਦੀ ਹੈ। ਦੋਸਤੋ, ਜਦੋਂ ਖੂਨ ਵਿੱਚ ਖਰਾਬ ਕੋਲੇਸਟ੍ਰੋਲ ਦੀ ਮਾਤਰਾ ਵੱਧ ਜਾਂਦੀ ਹੈ ਤਾਂ ਇਹ ਦਿਲ ਦੀਆਂ ਧਮਨੀਆਂ ਵਿੱਚ ਰੁਕਾਵਟ ਪੈਦਾ ਕਰ ਦਿੰਦਾ ਹੈ, ਜਿਸ ਦੇ ਕਾਰਨ ਹਾਰਟ ਅਟੈਕ ਦਾ ਖਤਰਾ ਬਣਿਆ ਰਹਿੰਦਾ ਹੈ। ਤਾਂ ਅੱਜ ਮੈਂ ਤੁਹਾਨੂੰ ਇੱਕ ਅਜਿਹਾ ਉਪਾਅ ਦੱਸਣ ਜਾ ਰਹੀ ਹਾਂ ਜੋ ਬਲੌਕੇਜ ਦੀ ਪ੍ਰੋਬਲਮ ਨੂੰ ਖਤਮ ਕਰਨ ਦਾ ਇੱਕ ਬਹੁਤ ਹੀ ਗਜ਼ਬ ਨੁਸਖਾ ਹੈ। ਦੋਸਤੋ, ਇਸ ਦੇ ਇਸਤੇਮਾਲ ਨਾਲ ਤੁਹਾਨੂੰ ਦਵਾਈਆਂ ਖਾਣ ਦੀ ਵੀ ਕੋਈ ਜ਼ਰੂਰਤ ਨਹੀਂ ਪਵੇਗੀ ਅਤੇ ਤੁਸੀਂ ਇਸ ਨੁਸਖੇ ਨਾਲ ਆਪਣੀ ਬਲੌਕੇਜ ਦੀ ਪ੍ਰੋਬਲਮ ਦੂਰ ਕਰ ਸਕਦੇ ਹੋ। ਤਾਂ ਇਸ ਉਪਾਅ ਨੂੰ ਬਣਾਉਣ ਲਈ ਸਮੱਗਰੀ ਨੋਟ ਕਰ ਲਓ। ਸਭ ਤੋਂ ਪਹਿਲਾਂ 1 ਗ੍ਰਾਮ ਦਾਲਚੀਨੀ, 10 ਗ੍ਰਾਮ ਕਾਲੀ ਮਿਰਚ, 10 ਗ੍ਰਾਮ ਤੇਜ਼ ਪੱਤਾ, 10 ਗ੍ਰਾਮ ਮਗਜ਼, 10 ਗ੍ਰਾਮ ਮਿਸ਼ਰੀ, 10 ਗ੍ਰਾਮ ਅਖਰੋਟ ਦੀ ਗਿਰੀ ਅਤੇ 10 ਗ੍ਰਾਮ ਅਲਸੀ ਦੇ ਬੀਜ। ਤਾਂ ਇਸ ਦਵਾਈ ਨੂੰ ਬਣਾਉਣ ਲਈ ਸਮੱਗਰੀ ਜੋ ਹੈ ਇਹ ਸਾਡੇ ਘਰ ਵਿੱਚ ਹੀ ਮੌਜੂਦ ਹੁੰਦੀ ਹੈ, ਅਗਰ ਨਹੀਂ ਵੀ ਹੈ ਤਾਂ ਵੀ ਬਾਜ਼ਾਰ ਵਿੱਚੋਂ ਆਸਾਨੀ ਨਾਲ ਮਿਲ ਸਕਦੀ ਹੈ। ਤਾਂ ਦੋਸਤੋ, ਇਸ ਦਵਾਈ ਨੂੰ ਬਣਾਉਣ ਦਾ ਤਰੀਕਾ ਅਤੇ ਇਸਤੇਮਾਲ ਕਰਨ ਦਾ ਤਰੀਕਾ ਵੀ ਜਾਣ ਲੈਂਦੇ ਹਾਂ। ਤਾਂ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਇੱਕ ਮਿਕਸਰ ਵਿੱਚ ਪਾ ਕੇ ਬਿਲਕੁਲ ਬਾਰੀਕ ਚੂਰਨ ਬਣਾ ਲਓ ਅਤੇ ਇਸ ਦੀ ਬਰਾਬਰ ਬਰਾਬਰ ਮਾਤਰਾ ਵਿੱਚ 10 ਪੁੜੀਆਂ ਬਣਾ ਲਓ ਅਤੇ ਤੁਸੀਂ ਇਸ ਦੀ ਹਰ ਰੋਜ਼ 1 ਪੁੜੀ ਸੁਬਾਹ ਖਾਲੀ ਪੇਟ ਲਓ। ਇਸ ਤਰ੍ਹਾਂ ਕਰਨ ਨਾਲ ਤੁਸੀਂ ਦੇਖੋਗੇ ਕਿ ਤੁਹਾਡੇ ਸਿਰ ਤੋਂ ਲੈ ਕੇ ਪੈਰ ਦੇ ਅੰਗੂਠੇ ਤੱਕ ਦੀ ਜੋ ਵੀ ਬਲੌਕ ਨਸ ਹੈ, ਜੋ ਵੀ ਉਸ ਵਿੱਚ ਕੋਲੇਸਟ੍ਰੋਲ ਜੰਮਿਆ ਹੈ, ਉਹ ਸਭ ਖਤਮ ਹੋ ਜਾਵੇਗਾ ਅਤੇ ਦਿਲ ਨਾਲ ਸੰਬੰਧਿਤ ਬਿਮਾਰੀਆਂ ਖਤਮ ਹੋਣਗੀਆਂ ਅਤੇ ਸਾਈਟਿਕਾਂ ਦੀ ਪ੍ਰੋਬਲਮ, ਜਿਵੇਂ ਕਿ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਪੈਰ ਤੋਂ ਲੈ ਕੇ ਇੱਕ ਸਾਈਡ ਦੀ ਜੋ ਬਲੌਕੇਜ ਦੀ ਪ੍ਰੋਬਲਮ ਉਹ ਵੀ ਦੂਰ ਹੋਵੇਗੀ। ਦੋਸਤੋ, ਕੋਲੇਸਟ੍ਰੋਲ ਦੇ ਕਾਰਨ ਹੀ ਇਹ ਸਾਰੀਆਂ ਪ੍ਰੋਬਲਮਸ ਹੁੰਦੀਆਂ ਨੇ। ਤਾਂ ਇਹ ਜੋ ਨੁਸਖਾ ਹੈ ਇਹ ਕੋਲੇਸਟ੍ਰੋਲ ਨੂੰ ਖਤਮ ਕਰਨ ਲਈ ਬਹੁਤ ਹੀ ਵਧੀਆ ਇਲਾਜ ਹੈ ਅਤੇ ਬਲੌਕੇਜ ਨੂੰ ਦੂਰ ਕਰਨ ਲਈ ਸਭ ਤੋਂ ਵਧੀਆ ਨੁਸਖਾ, ਅਤੇ ਹੈ ਵੀ ਇੰਨਾ ਆਸਾਨ ਕਿ ਇਸ ਨੂੰ ਬਣਾਉਣ ਲਈ ਤੁਸੀਂ ਆਪਣੇ ਘਰ ਵਿੱਚ ਹੀ ਮੌਜੂਦ ਚੀਜ਼ਾਂ ਤੋਂ ਬਣਾ ਸਕਦੇ ਹੋ। ਦੋਸਤੋ, ਇਹ ਪ੍ਰੋਬਲਮ ਨਾ ਹੀ ਹੋਵੇ ਇਹੀ ਪ੍ਰੇ ਕਰਦੇ ਹਾਂ, ਕਿਉਂਕਿ ਜਿਸ ਨੂੰ ਵੀ ਇਹ ਪ੍ਰੋਬਲਮ ਹੁੰਦੀ ਹੈ ਸਿਰਫ ਉਸ ਨੂੰ ਹੀ ਪਤਾ ਹੈ ਕਿ ਇਹ ਪ੍ਰੋਬਲਮ ਕਿੰਨੀ ਤਕਲੀਫ ਦਿੰਦੀ ਹੈ। ਪਰ ਅਗਰ ਫਿਰ ਵੀ ਅਗਰ ਕਿਸੇ ਨੂੰ ਵੀ ਇਹ ਪ੍ਰੋਬਲਮ ਹੋ ਜਾਵੇ ਤਾਂ ਤੁਸੀਂ ਇਸ ਨੁਸਖੇ ਦਾ ਇਸਤੇਮਾਲ ਕਰ ਸਕਦੇ ਹੋ। ਅਗਰ ਕਿਸੇ ਨੂੰ ਨਹੀਂ ਵੀ ਹੁੰਦੀ ਤਾਂ ਵੀ ਇਸ ਨੁਸਖੇ ਦਾ ਇਸਤੇਮਾਲ ਕਰੋ ਤਾਂ ਕਿ ਅੱਗੇ ਜਾ ਕੇ ਇਸ ਪ੍ਰੋਬਲਮ ਦਾ ਸਾਹਮਣਾ ਨਾ ਕਰਨਾ ਪਵੇ, ਦਿਲ ਸੰਬੰਧੀ ਬਿਮਾਰੀਆਂ ਨੂੰ ਹੁਣ ਤੋਂ ਪਹਿਲਾਂ ਹੀ ਰੋਕਿਆ ਜਾ ਸਕੇ। ਅਤੇ ਇਸ ਨੁਸਖੇ ਦਾ ਤੁਸੀਂ ਇਸ ਨੁਸਖੇ ਨੂੰ ਖਾਣ ਤੋਂ ਬਾਅਦ ਦਿਲ ਨਾਲ ਸੰਬੰਧਿਤ ਬਿਮਾਰੀਆਂ ਦਾ ਬਲੌਕੇਜ ਦੀ ਪ੍ਰੋਬਲਮ ਕਦੀ ਨਹੀਂ ਹੋਵੇਗੀ। ਅਤੇ ਤੁਸੀਂ ਇਸ ਨੂੰ ਖਾਣਾ ਕਿਵੇਂ ਹੈ ਕਿ ਇਸ ਦਾ 1-2 ਦਿਨਾਂ ਤੋਂ ਬਾਅਦ ਹੀ ਸੇਵਨ ਕਰੋ ਜਿਨ੍ਹਾਂ ਨੂੰ ਇਹ ਪ੍ਰੋਬਲਮ ਨਹੀਂ ਹੈ। ਤਾਂ ਉਮੀਦ ਕਰਦੇ ਹਾਂ ਕਿ ਇਸ ਵੀਡੀਓ ਵਿੱਚ ਦਿੱਤੀ ਗਈ ਜਾਣਕਾਰੀ ਨਾਲ ਤੁਹਾਨੂੰ ਫਾਇਦਾ ਹੋਵੇਗਾ। ਵੀਡੀਓ ਅੱਛੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ, ਕਮੈਂਟ ਅਤੇ ਸ਼ੇਅਰ ਜ਼ਰੂਰ ਕਰੋ।
ਅਤੇ ਸਾਥ ਹੀ ਸਾਥ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਇਸ ਤਰ੍ਹਾਂ ਦੀ ਹੈਲਥ ਨਾਲ ਰਿਲੇਟਿਡ ਵੀਡੀਓਜ਼ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਰਹੇ। ਵੀਡੀਓ ਨੂੰ ਦੇਖਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ।